ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਮੰਗੇ ਵਾਲਾ, ਇਹ ਪਿੰਡ ਮੋਗੇ ਜ਼ਿਲ੍ਹੇ ਦਾ। ਇਹਦੇ ਨੇੜੇ ਪਿੰਡਾਂ ਦੀ ਜੇ ਗੱਲ ਕਰੀਏ, ਵੱਡਾ ਘਰ ਛੋਟਾ ਘਰ ਇਹਦੇ ਨੇੜੇ ਦੇ ਪਿੰਡ ਹੈ। ਦੂਜੇ ਪਾਸੇ ਇਹਦੇ ਨੇੜੇ ਕੋਟ ਕਰੋੜ ਕਲਾਂ ਜਿਹੜਾ ਪਿੰਡ, ਦੱਸੋ ਫਰੀਦਕੋਟ ਤੋਂ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਹਾਂ ਤਾਂ ਉਸ ਸੜਕ ਦੇ ਉੱਤੇ ਆਉਂਦਾ, ਉਹ ਪਿੰਡ ਵੀ ਇਸ ਪਿੰਡ ਦੇ ਨੇੜ ਹੈ। ਮਾਲਾ ਕਲਾਂ ਖੁਰਦ ਇਸ ਸਾਈਡ ਦੇ ਪਿੰਡ ਹੈ। ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ, ਬਾਈ ਨੂੰ ਬਹੁਤ ਸਾਰੇ ਵੀਰ ਜਾਣਦੇ ਹੋਣਗੇ, ਕਿਉਂਕਿ ਨੀਲੀ ਰਾਵੀ ਨਸਲ ਦਾ ਵੀਰ ਨੂੰ ਸ਼ੌਂਕ ਹੈ ਅਤੇ ਨੀਲੀ ਰਾਵੀ ਨਸਲ ਦੇ ਨਾਲ ਹੀ ਇਸ ਵੀਰ ਨੇ ਬਹੁਤ ਸਾਰੇ ਮੇਲੇ ਜਿਹੜੇ ਆ ਉਹਨਾਂ 'ਚ ਪਾਰਟੀਸਪੇਟ ਕੀਤਾ, ਕੁਛ ਮੇਲੇ ਜਿੱਤੇ, ਕੁਛ ਪਸ਼ੂ ਬਾਈ ਦੇ ਵਿਨਰ ਰਹੇ। ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਇੱਕ ਵਾਰ ਕੈਮਰਾ ਸਾਰੇ ਜਿਹੜੇ ਘਰ ਰੱਖੇ ਹੋਏ ਪਸ਼ੂ ਆ ਦਿਖਾ ਦਿੰਦਾ। ਟੋਟਲੀ ਪਸ਼ੂ ਨੀਲੀ ਰਾਵੀ ਨਸਲ ਦੇ ਆ ਅਤੇ ਇਹਦੇ ਵਿੱਚ ਅੱਜ ਇੱਕ ਤਾਂ ਇਹ ਮੱਝ ਤੋਕੜ ਗੱਬਣ ਹੈ, ਵਿਕਾਊ ਕੀਤੀ ਹੈ ਬਾਈ, ਕਹਿੰਦਾ ਵੇਚ ਦਿਆਂਗੇ ਜੇ ਕੋਈ ਭਰਾ ਚੰਗੀ ਕੀਮਤ ਦਿੰਦਾ। ਅਤੇ ਨਾਲ ਇੱਕ ਝੋਟੀ ਇੱਕ ਇਹ ਮੱਝ ਬਿਲਕੁਲ ਹੀ ਤਾਜ਼ੀ ਸੂਈ ਹੈ, ਇਹ ਤੁਹਾਨੂੰ ਮੱਝ ਵੀ ਦਿਖਾ ਦੇਣੀ ਹੈ। ਸੋ ਦੋ ਨਾਗੇ ਇਸ ਵੀਡੀਓ 'ਚ ਵਿਕਰੀ ਵਾਲੇ ਹੋਣਗੇ, ਤੁਸੀਂ ਲਾਸਟ ਤੱਕ ਵੀਡੀਓ ਦੇਖਿਓ। ਪਸ਼ੂ ਜਿਹੜਾ ਜੱਚ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ, ਆ ਕੇ ਤੁਸੀਂ ਦੇਖਣਾ। ਰੇਟ ਬਾਈ ਕਹਿੰਦਾ ਵੀ ਆਪਾਂ ਵੀਡੀਓ ਦੇ ਵਿੱਚ ਹੀ ਰੱਖਾਂਗੇ, ਜਿੰਨੇ ਦਾ ਪਸ਼ੂ ਵੇਚਣਾ ਉਹਦੇ ਹਿਸਾਬ 'ਤੇ ਮੁੱਲ ਕਰ ਲਾਂਗੇ, ਰੇਟ ਦੇ ਹਿਸਾਬ 'ਤੇ ਜਿਹਨੂੰ ਜਚੂਗਾ ਉਹ ਵੀਰ ਕਾਲ ਕਰ ਲੂਗਾ। ਬਾਕੀ ਬਹੁਤ ਸਾਰੇ ਵੀਰਾਂ ਦੀ ਖੁਸ਼ੀ ਹੁੰਦੀ ਹੈ ਇਹੀ ਗੱਲ ਵੀ ਜੇ ਰੇਟ ਵੀਡੀਓ 'ਚ ਹੋਵੇ ਤਾਂ ਜਿਹਨੂੰ ਜਚੇ ਉਹ ਫੋਨ ਲਾ ਲੂਗਾ। ਸੋ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਹਾਂ, ਪਹਿਲਾਂ ਤੁਹਾਨੂੰ ਇਹ ਤੋਕੜ ਗੱਬਣ ਦਿਖਾ ਦਿੰਦੇ ਹਾਂ, ਉਦੋਂ ਬਾਅਦ 'ਚ ਸੱਜਰ ਮੱਝ ਬਾਰੇ ਗੱਲ ਕਰਾਂਗੇ। ਸਤਨਾਮ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ, ਤਿੰਨ ਲਾ ਲੈਣ। ਸਤਨਾਮ ਬਾਈ, ਵੈਸੇ ਪਹਿਲਾਂ ਵੀਡੀਓ ਬਣਾਈ ਹੈ, ਨੀਲੀ ਰਾਵੀ ਨਸਲ ਦਾ ਸ਼ੌਂਕ ਕੱਲੀ ਦਾ ਹੀ ਬਣਿਆ ਖੜਾ, ਕਦੋਂ ਕਤੋਂ? ਹਾਂਜੀ, ਇਹ ਤਕਰੀਬਨ ਵੀ ਸ਼ੁਰੂ ਤੋਂ ਹੀ ਪਸ਼ੂ ਤਾਂ, ਪਰ ਮੇਲਿਆਂ ਦਾ 14-15 ਤੋਂ ਆਪਾਂ ਨੂੰ ਵੱਧ ਸ਼ੌਂਕ ਹੈ, ਮੇਲਿਆਂ 'ਤੇ ਜਾਣ ਲੱਗ ਗਏ। ਠੀਕ ਹੈ, 14-15 ਤੋਂ ਮੇਲਿਆਂ ਵਾਲੇ ਪਾਸੇ ਨੂੰ ਜਾਣ ਲੱਗ ਗਏ। ਹਾਂਜੀ। ਅੱਛਾ, ਮੱਝਾਂ ਪਹਿਲਾਂ ਤੋਂ ਹੀ ਨੀਲੀ ਦੀਆਂ ਹੀ ਆ ਘਰੇ? ਨਹੀਂ, ਪਹਿਲਾਂ ਤੋਂ ਯਾਨੀ ਕਿ ਮੁਰਾਂ ਦੀਆਂ ਸੀਗੀਆਂ ਵਿੱਚ। ਠੀਕ ਹੈ, ਅਤੇ ਉਹ ਤੋਂ ਬਾਅਦ ਫਿਰ ਇਕੱਲੀ ਨੀਲੀ ਕਰ ਲਈ। ਅੱਛਾ, ਉਹ ਫਿਰ ਕੱਢਤੀਆਂ ਤੋਂ ਬਾਅਦ ਹੁਣ ਇਕੱਲੀ ਨੀਲੀ 'ਤੇ ਹੋ ਗਈ। ਹਾਂਜੀ। ਅੱਛਾ, ਅੱਜ ਦੋ ਮੱਝਾਂ ਵੇਚਣ ਲੱਗੇ ਹੋ, ਦੋਨੇ ਬਹੁਤ ਸੋਹਣੀਆਂ। ਹਾਂਜੀ। ਪਸ਼ੂ ਫਿਰ ਹੁਣ ਗਿਣਤੀ ਵੱਧ ਹੈ ਜਾਂ ਕੀ? ਨਹੀਂ, ਇੱਕ ਥੋੜ੍ਹੀ ਗਿਣਤੀ ਵੱਧ ਹੈ। ਠੀਕ ਹੈ, ਹਾਂ, ਫਿਰ ਤਾਂ ਜਿਹੜਾ ਕੁਛ ਘਟਾ ਦੇ, ਹਾਂ, ਆਪਾਂ ਉਹ ਸੂਈ ਜਾਂਦੇ ਨਾਲ ਰਲੀ ਜਾਂਦੇ ਹੋਰ। ਠੀਕ ਹੈ। ਅੱਛਾ ਬਾਈ, ਜਿਹੜੀ ਇਹ ਝੋਟੀ ਆਪਾਂ ਤੋਕੜ ਗੱਬਣ ਬਾਰੇ ਗੱਲ ਕੀਤੀ, ਹਾਂਜੀ, ਜਿਹੜੀ ਆਪਾਂ ਵੀਡੀਓ ਉਦੋਂ ਉਹ ਗੱਬਣ ਦੀ ਵੀ ਪਾਈ ਵੀ ਸੀਗੀ। ਠੀਕ ਹੈ। ਉਦੋਂ ਬਾਅਦ ਗੱਬਣ ਦਾ ਸੌਦਾ ਇੱਕ ਵੀਰ ਨਾਲ ਹੁੰਦਾ ਵੀ ਸੀ, ਕੁਛ ਉਹਨੇ ਡਿੱਕਾ ਪਾਤਾ ਸੀਗਾ। ਅੱਛਾ, ਤੇ ਇਸ ਲਈ ਬਾਅਦ ਚ ਸੂਪ ਹੀ ਇਹਨੇ ਕੱਟੀ ਤੇ ਮੈਂ ਰੱਖ ਲਈ, ਸੇਲ ਨਹੀਂ ਕੀਤੀ। ਅੱਛਾ, ਫਿਰ ਇਹ ਆਪਾਂ ਵੇਚੀ ਨਹੀਂ? ਹਾਂ, ਫਿਰ ਵੇਚੀ ਨਹੀਂ, ਹੁਣ ਇਹ ਇਸ ਟਾਈਮ 7 ਮਹੀਨੇ ਗੱਬ ਹੈ ਜੀ। ਕਿਹੜੇ ਬੁੱਲ ਤੋਂ ਗੱਬਣ? ਇਹ 2 ਨੰਬਰ ਤੋਂ ਗੱਬਣਾ ਜੀ। ਦੁਲਚੀ ਕਿਆਂ ਵਾਲੇ? ਹਾਂ, ਦੁਲਚੀ ਕਿਆਂ ਤੋਂ? ਠੀਕ ਹੈ। ਅੱਛਾ, ਇਹ ਹੁਣ ਸੂਆ ਕਿੰਨਵਾਂ ਸੂ? ਇਹ 5ਵਾਂ ਸੂਆ ਸੋਣਾ ਜੀ ਇਹਨੇ। ਇਹਨੇ 5ਵਾਂ ਸੂਆ ਸੋਣਾ। ਪਹਿਲੀ ਵਾਰ ਚੌਥੇ ਸੂਏ ਚੜਕ ਮੇਲੇ ਤੋਂ 4 ਨੰਬਰ ਤੇ ਆਈ ਸੀ। ਅੱਛਾ, ਉਦੋਂ ਆਪਾਂ ਮਿਲਕ ਬਿਊਟੀ ਚ ਪਾਈ ਸੀ ਜਾਂ? ਹਾਂਜੀ, ਮਿਲਕ ਬਿਊਟੀ ਚ। ਮਿਲਕ ਬਿਊਟੀ ਚ, ਠੀਕ ਹੈ। ਹੁਣ ਇਹ 7 ਮਹੀਨੇ ਦੀ ਗੱਬਣ? ਹਾਂਜੀ, 7 ਮਹੀਨੇ ਦੀ ਗੱਬਣ। ਕੀ ਰੇਟ ਰੱਖ ਦਿਓ? ਰੇਟ ਹੀ ਜਿਹੜਾ ਆਪਾਂ ਭਾਵੇਂ 1-60 ਕਰ ਲਈਏ ਚਾਹੇ 70 ਕਰ ਲਈਏ, 1.5 ਲੱਖ ਹੀ ਦੇਵਾਂਗੇ, ਇਹ ਤੋਂ ਘੱਟ ਨਹੀਂ ਆਪਾਂ ਦੇਣੀ। ਠੀਕ ਹੈ। ਅੱਛਾ, ਇੱਕ ਗੱਲ ਹੋਰ ਦੱਸ ਦੀ, ਦੁੱਧ ਦਾ ਕੀ ਰਿਕਾਰਡ ਹੈ? ਦੁੱਧ ਹੀ ਇਹ 17.5-18 ਕਿਲੋ ਆਪਾਂ ਚੋਇਆ। ਠੀਕ ਹੈ, ਕੋਈ ਝੂਠ ਨਹੀਂ ਗਾ। ਠੀਕ ਹੈ, ਹਾਂਜੀ, ਤੋਰ ਦਈਏ ਬਾਈ ਨੂੰ। ਇਹਦਾ ਇਹ ਆਪ ਕਿਹੜੇ ਸਾਨ ਦੀ, ਕੁਛ ਧਿਆਨ ਚੋ? ਇਹ ਬਾਬਰਵਨ ਦੀ ਹੈ ਜੀ। ਬਾਬਰਵਨ ਦੀ? ਹਾਂਜੀ। ਠੀਕ ਹੈ, ਖੋਲੀ ਬਾਈ, ਦੱਸੋ ਬਾਬਰਵਨ ਦੀ ਧੀ ਮੱਲ ਫਾਰਮ ਦੁਲਚੀ ਕਿਆਲੇ ਬਾਈ ਜੀ ਹੋਰਾਂ ਕੋਲ 2 ਨੰਬਰ ਝੋਟਾ ਹੈ, ਉਸ ਤੋਂ ਇਹ ਗੱਬਣ ਹੈ, 7 ਮਹੀਨਿਆਂ ਦੀ ਗੱਬਣ ਹੈ। ਬਾਈ ਕਹਿੰਦਾ ਵੀ ਰੇਟ ਜਿੰਨਾ ਮਰਜ਼ੀ ਕਰਾਓ, 10 ਤੋਂ 11 ਮੇਲੇ ਜਿੱਤੀ ਵੀ ਆ। ਠੀਕ ਹੈ, 10 ਤੋਂ 11 ਮੇਲੇ ਜਿੱਤੀ, 4 ਨੰਬਰ ਤੇ ਰਹੀ ਸੀ ਚੜੈਕ ਮੇਲੇ 'ਚ। ਮੱਝ ਤੁਸੀਂ ਇਹ ਦੇਖ ਲਓ, ਦੱਸੋ ਜਿਹਨੂੰ ਪਸੰਦ ਆਉਂਦੀ ਹੈ ਤਾਂ 1.5 ਲੱਖ ਤੁਹਾਨੂੰ ਇੱਕ 10 ਮੇਲੇ ਜਿੱਤੀ ਹੋਈ। ਬਾਈ ਕਹਿੰਦਾ ਵੀ ਇਹ ਤੁਹਾਨੂੰ ਮੱਝ ਦਿਆਂਗੇ। ਸੋ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ, ਹੁਣ ਇਹ ਡਰਾਈ ਹੈ, ਲੈ ਚੱਲੀਏ। ਸੋ ਜਿਹਨੂੰ ਪਸੰਦ ਆਉਂਦੀ ਹੈ ਤਾਂ 1.5 ਲੱਖ 'ਚ ਮੱਝ ਮਿਲ ਜੂਗੀ।
ਪੰਜਵਾਂ ਸੂਆ ਇਹਨੇ ਸੁਣਾ ਦੋਸਤੋ, ਤੇ ਚੌਥਾ ਸੂਆ ਜਦੋਂ ਇਹ ਗੱਬਣ ਸੀਗੀ ਉਦੋਂ ਵੀਡੀਓ ਆਪਣੇ ਚੈਨਲ ਤੇ ਪਈ ਹੈ। ਜੇ ਕੋਈ ਵੀਰ ਦੇਖਣਾ ਚਾਹੇ ਤਾਂ ਵੀਡੀਓ ਉਹ ਵੀ ਤੁਸੀਂ ਦੇਖ ਸਕਦੇ ਹੋ, ਲਿੰਕ ਸ਼ਾਇਦ ਬਾਈ ਕੋਲ ਪਿਆ ਹੋਊਗਾ। ਸੋ ਇਹ ਮੱਝ ਪਹਿਲੇ ਨੰਬਰ ਤੇ, ਇਹ ਤੋਂ ਬਾਅਦ ਚ ਇੱਕ ਤਾਜ਼ੀ ਸੂਈ ਮੱਝ। ਇਹ ਕਹਿੰਦਾ ਸੂਆ ਸੂਪੀ ਬਾਈ, ਇਹ ਤੀਜਾ ਸੂਆ ਸੂਈ ਹੈ, ਦੰਦੋਂ ਹੁਣ ਜਵਾਨ ਹੋਈ ਹੈ। ਤੀਜਾ ਸੂਆ ਸੂਈ, ਹਾਂਜੀ। ਇਹ ਵੀ ਪਾਈ ਕਿਸੇ ਮੇਲੇ ਚ? ਨਹੀਂ, ਇਹ ਮੇਲੇ ਤੇ ਨਹੀਂ ਪਾਈ, ਮੇਲੇ ਤੇ ਨਹੀਂ ਪਾਈ। ਅੱਛਾ ਬਾਈ, ਦੂਜੇ ਸੂਏ ਦਾ ਦੁੱਧ ਰਿਕਾਰਡ ਇਹਦਾ? ਇਹ 16.5 ਕਿਲੋ ਦਾ, ਯਾਰ ਆਪਣੇ ਘਰ ਦੇ, ਕੋਈ ਆਪਣੀ ਖਰੀਦੀ ਨਹੀਂ, ਸਾਰਾ ਮਾਲ ਹੀ ਘਰ ਦਾ। ਠੀਕ ਹੈ, ਸਾਰਾ ਇਹ ਪਸ਼ੂ ਘਰ ਦੇ ਹੀ? ਹਾਂਜੀ, ਠੀਕ ਹੈ। ਅੱਛਾ, 16.5 ਕਿਲੋ ਦੂਜੇ ਸੂਏ ਨੇ ਦਿੱਤਾ? ਹਾਂਜੀ ਦਿੱਤਾ ਜੀ। ਐਤਕੀ ਕਿੰਨੇ ਦੀ ਆਸ ਕਰਦੇ ਹੋ? ਜੇ ਚੰਗੀ ਸੇਵਾ ਹੋ ਜਾਵੇ, ਚੰਗੀ ਸੇਵਾ ਤੇ 18-19 ਕਿਲੋ ਦੁੱਧ ਤੇ ਜਾ ਸਕਦੀ ਹੈ। ਠੀਕ ਹੈ, ਇਹ ਕਿਹੜੇ ਸਾਨ ਦੀ, ਕੋਈ ਪਤਾ? ਇਹ ਨਵਾਬ ਦੀ ਹੈ ਜੀ, ਨਵਾਬ। ਇਹ ਨਵਾਬ ਜਿਹੜਾ ਬਾਈ ਕੋਲ ਸੀਗਾ, ਬਾਈ ਔਲਖ ਕੋਲੇ, ਵਜੀਦ ਐਚ ਐਸ ਔਲਖ ਕੋਲ। ਹਾਂਜੀ ਹਾਂਜੀ, ਠੀਕ ਹੈ। ਅੱਛਾ, ਹੁਣ ਇਹਨੇ ਬੱਚਾ ਕੀ ਦਿੱਤਾ? ਇਹਨੇ ਮੇਲਕਾ ਤੋਂ ਜਨਮ ਦਿੱਤਾ, ਦੁੱਧ ਚ ਗਿਆ 2 ਨੰਬਰ ਦਾ ਜੀ। ਇਹ ਵੀ 2 ਨੰਬਰ ਦਾ? ਹਾਂਜੀ। ਸੂਈ ਕਦੋਂ ਕਾ ਇਹ ਸੂਈ ਹੈ ਜੀ? ਤਕਰੀਬਨ ਰਾਤ 12 ਵਜੇ ਸੂਈ ਹੈ, ਰਾਤ 12 ਵਜੇ। ਹਾਂਜੀ, ਜੇਰ ਜੂਰ ਸਾਰਾ, ਜੇਰ ਪੈ ਗਈ, ਉਹ ਗਰੰਟੀ ਜੇਰ ਦੀ ਆਪਣੀ। ਠੀਕ ਹੈ, ਇਹਦਾ ਰੇਟ ਕੀ ਕਰਦੇ ਹੋ ਬਾਈ? ਇਹਦਾ ਰੇਟ ਕਰਦੇ 2,70,000 ਰੁਪਈਆ ਜੀ। 2,70,000? ਹਾਂਜੀ, ਥੋੜਾ ਬਹੁਤ ਕੋਈ ਮਾਨਤਾ? ਹਾਂਜੀ, ਮਾਨਤਾ ਚਲੋ ਆ ਹੁੰਦਾ ਜੀ। ਠੀਕ ਹੈ, ਖੋਲੀ ਬਾਈ ਨੂੰ ਦੋਸਤੋ। ਤੀਜਾ ਸੂਆ ਮੱਝ ਸੂਈ ਹੈ, ਇਹਨੇ ਬਹੁਤ ਸੋਹਣਾ ਕੱਟਾ ਦਿੱਤਾ ਮੱਲ ਫਾਰਮ ਦੁਲਚੀ ਕਾਲੇ ਬਾਈ ਜੀ ਹੋਰਾਂ ਕੋਲ, ਜਿਹੜਾ ਬੁੱਲ ਆ ਉਹਦੇ ਚ 2 ਨੰਬਰ ਝੋਟਾ, ਜਿਹੜਾ ਵੀਡੀਓ ਚੈਨਲ ਤੇ ਪਈਆਂ ਆਪਣੇ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਝੋਟਿਆਂ ਨੂੰ। ਥਣ ਬਹੁਤ ਸੋਹਣਾ ਦੱਸੋ, ਢਾਂਚਾ ਤੁਹਾਡੇ ਸਾਹਮਣੇ ਤੇ ਰਾਤ ਹੀ ਸੂਈ ਹੈ, ਹਵਾਨਾ ਚੰਗਾ ਤਿਆਰ ਕਰਕੇ ਸੂਈ ਹੈ ਤੇ ਵੀਡੀਓ ਬਣਾ ਰਿਹਾ। ਲਗਭਗ ਟਾਈਮ 10:30-11 ਦਾ ਹੈ, ਧੁੱਪ ਤੋਂ ਵੀ ਤੁਹਾਨੂੰ ਅੰਦਾਜ਼ਾ ਹੁੰਦਾ ਹੋਣਾ। ਸੋ ਕੁੰਡੇ ਸਿੰਘਾਂ ਦੀ ਹੈ, ਸੋਹਣਾ ਸਟਰਕਚਰ, ਗੁਲਾਬੀ ਅੱਖ ਬਿਲਕੁਲ। ਬਾਕੀ ਥਣ ਦਾ ਸਾਈਜ਼ ਤੁਸੀਂ ਦੇਖ ਲਓ, ਬੱਚੇ ਦੀ ਖਿੱਚ, ਤਾਜ਼ਾ ਪਸ਼ੂ ਕਰਦਾ, ਕੋਈ ਨੀ ਬਾਈ ਲੈ ਚੱਲ ਬੱਚੇ ਤੇ। ਬਹੁਤ ਸੋਹਣਾ ਹਵਾਨਾ ਦੱਸੋ, ਅੱਗੋਂ ਵੀ ਤੇ ਪਿਛਾਂ ਦੀ ਵੀ ਚੰਗਾ ਦਿਸਦਾ। 2,70,000 ਡਿਮਾਂਡ ਹੈ, ਮਾਨਤਾ ਨੂੰ ਹੋਜੂਗਾ ਵਿੱਚੋਂ ਇਹਦੇ। ਥਣ ਦਾ ਸਾਈਜ਼ ਦੋਸਤੋ ਦੇਖ ਲਓ ਤੁਸੀਂ, ਹਵਾਨਾ ਹੁਣ ਵੀ ਦਿਸਦਾ। ਇਸ ਸਾਈਡ ਤੋਂ ਤੁਹਾਨੂੰ ਮੈਂ ਇਹਦੀ ਅਗਾੜੀ ਜਿਹੜੀ ਉਹ ਦਿਖਾਊਂਗਾ, ਜੋ ਮੱਝ ਸਹੀ ਹੋ ਕੇ ਖੜ ਗਈ। ਕੱਟੇ ਨੂੰ ਜਨਮ ਦਿੱਤਾ, ਕੱਟਾ ਬਾਈ ਠਾ ਰਿਹਾ, ਤੇ ਤੁਸੀਂ ਦੇਖ ਲਓ ਪ੍ਰੋਪਰ ਮਾਰਕਿੰਗ ਦਾ ਬੱਚਾ ਹੈ, ਸਾਫ਼ ਸੁਥਰਾ ਹੈ। ਸੋ ਜੇ ਕੋਈ ਵੀਰ ਮੱਝ ਖਰੀਦਦਾ, ਜੇ ਦੁੱਧ ਚਵਾ ਲਓਗੇ ਤਾਂ ਕੱਟੇ ਦੀ ਮਾਰਕਿੰਗ ਵੀ ਚੰਗੀ ਹੈ, ਆਮਦਨ ਦੇਊਗਾ, ਕਿਉਂਕਿ ਨੀਲੀ ਰਾਹ ਵਿੱਚ ਲੋੜ ਹੈ। ਹਜੇ ਝੋਟੇ ਬਹੁਤੇ ਜ਼ਿਆਦਾ ਹੋਏ ਨਹੀਂ ਗੇ, ਜੇ ਕੋਈ ਵੀਰ ਸਾਂਭ ਸਕਦਾ ਜ਼ਰੂਰ ਸਾਂਭਣਾ ਚਾਹੀਦਾ। ਖਾਸ ਕਰਕੇ ਚੰਗੇ ਦੁੱਧ ਵਾਲੀਆਂ ਮੱਝਾਂ ਦੇ ਬੱਚੇ ਤਿਆਰ ਕਰਨੇ ਚਾਹੀਦੇ ਆ, ਬਣਦੇ ਆ। ਤੁਸੀਂ ਹਵਾਨਾ ਫੇਰ ਦੇਖੋ ਇਹਦਾ, ਬਈ ਦੀ ਪੂਛ ਫੜੀ ਮੜੀ ਜਿੱਧਰੋਂ ਆ ਕੇ। ਸੋ ਤੁਸੀਂ ਹਵਾਨਾ ਇੱਥੋਂ ਦੇਖ ਲਓ, ਤਾਜ਼ੀ ਸੂਈ ਮੱਝ ਹੈ, ਥੋੜ੍ਹਾ ਜਿਹਾ ਬੱਚੇ ਕਰਕੇ ਘਬਰਾਉਂਦਾ ਰਹਿੰਦਾ ਪਸ਼ੂ, ਅਗਾੜੀ ਨੋਟ ਕਰ ਲਓ ਇੱਦਾਂ ਦੀ ਹੈ। ਬੱਚੇ ਨੂੰ ਵੀ ਦਿਖਾਇਆ ਪਿਆ ਜੀ, ਠੀਕ ਹੈ, ਤੇ 2.5 ਕਿਲੋ ਦੁੱਧ ਚੋਇਆ ਵੀ ਸੀਗਾ ਅੱਜ ਸੁਬਹ। ਹਾਂਜੀ, ਸੁਬਹ, ਠੀਕ ਹੈ। ਸੋ ਦੋਸਤੋ, ਬੱਚੇ ਨੂੰ ਵੀ ਚੰਘਾਇਆ ਤੇ 2.5 ਕਿਲੋ ਦੁੱਧ ਚੋਇਆ। ਬੱਚੇ ਨੂੰ ਚੰਘਾਏ ਦਾ ਇੱਕ ਤਜਰਬਾ ਇਹ ਵੀ ਹੁੰਦਾ ਦੋਸਤੋ, ਪਹਿਲੀ ਗੱਲ ਤਾਂ ਤੁਹਾਨੂੰ ਬੱਚਾ ਰੱਜਿਆ ਹੀ ਦਿਸੂਗਾ, ਕੁੱਖਾਂ ਭਰੀਆਂ ਹੋਈਆਂ। ਦੂਜੀ ਗੱਲ, ਇਹ ਬੈਠਾ ਵੀ ਤਾਂ ਹੀ ਹੈ, ਕਿਉਂਕਿ ਜਦੋਂ ਬੌਲੇ ਦੇ ਨਾਲ ਰੱਜ ਲਏ ਬੱਚਾ ਤਾਂ ਫਿਰ ਉਹਨੇ ਬਹਿ ਕੇ ਆਰਾਮ ਹੀ ਕਰਨਾ ਹੁੰਦਾ। ਸੋ ਇਹ ਮੱਝ ਜਿਹੜੀ ਤੁਸੀਂ ਦੇਖ ਰਹੇ ਹੋ, ਸੋ ਇਹ ਤਾਂ 2 ਪਸ਼ੂ ਜਿਹੜੇ ਵਿਕਾਊ ਸੀਗੇ ਕੁਛ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਨੀਲੀ ਰਾਵੀ ਨਸਲ ਦੇ ਵਿੱਚ ਝੋਟਿਆਂ ਦੀ ਹਜੇ ਘਾਟ ਹੈ, ਬਾਲੇ ਝੋਟੇ ਹੈ ਨਹੀਂ ਗੇ। ਤੇ ਇਸ ਬਾਈ ਕੋਲ ਵੀ ਰਵਾ ਜਿਹੜਾ ਆਪਦੇ ਕੋਲ ਘਰੇ ਮੱਝਾਂ ਜਿਹੜੀਆਂ ਉਹ ਚੰਗੀਆਂ ਰੱਖੀਆਂ ਹੋਈਆਂ। ਸਤਨਾਮ ਬਾਈ ਆਇਓ ਸਾਹਮਣੇ। ਅੱਛਾ ਬਾਈ, ਮੱਝਾਂ ਬਹੁਤ ਰੱਖੀਆਂ, ਕੋਈ ਬੁੱਲ ਨਹੀਂ ਤਿਆਰ ਕੀਤਾ ਫਿਰ ਅੱਜ ਤੱਕ? ਬੁੱਲ ਹੀ ਰੱਖਿਆ ਜੀ ਆਪਾਂ, ਕੱਟਾ ਹੋਣਾ ਹੁਣ ਰੱਖਿਆ। ਹਾਂਜੀ, ਕਿਹੜੀ ਮੱਝ ਦਾ ਬੱਚਾ ਹੈ? ਉਹ ਇਹ ਝੋਟੀ ਦਾ ਬੱਚਾ ਹੀ ਹੈ, ਗੁਜਰਾਂ ਰਵੇ ਚੋਂ ਮੱਝ ਆ, ਨੋਵਾ ਦੀ ਧੀ ਹੈ ਜੀ ਇਹ। ਇਹ ਨੋਵਾ ਦੀ ਧੀ ਹੈ? ਹਾਂਜੀ। ਤੇ ਕੱਟਾ ਜਿਹੜਾ ਸਾਹਮਣੇ ਖੜਾ ਬਾਈ? ਹਾਂਜੀ, ਕੱਟਾ ਉਹ। ਠੀਕ ਹੈ। ਅੱਛਾ ਬਾਈ, ਉਹ ਕਿਹੜੇ ਮੱਝ? ਉਹ 930 ਦਾ ਜੀ। 930 ਦਾ? ਹਾਂਜੀ। 930 ਦੇ ਹੋਰ ਵੀ ਕੋਈ ਬੱਚਾ ਆਪਣੇ ਕੋਲ ਆਇਆ ਜੀ? ਆਪਣੇ ਕੋਲ ਹੈਗਾ ਕਾਲਾ ਕੱਟਾ ਖੜਾ ਜੀ, ਇਸੇ ਮੈਂ ਦਾ ਇਹ। ਇਸ ਜਿਹੜੀ ਹੁਣ ਅੱਜ ਵਿਕਾਊ ਕੀਤੀ ਹੈ, ਇਹਦਾ ਬੱਚਾ ਵੀ 930 ਦਾ? ਇਹਦੇ ਮਗਲੇ ਸੂਏ ਦਾ ਜੀ, ਇਹ ਤੋਂ ਪਿਛਲੇ ਸੂਏ ਦਾ। ਹਾਂਜੀ, ਠੀਕ ਹੈ। ਤੇ ਇਹ ਜਿਹੜੀ ਮਗਰ ਝੋਟੀ ਖੜੀ, ਇਹ ਕਿਹੜੇ ਬੁੱਲ ਦੀ? ਇਹ 905 ਦੀ ਹੈ ਜੀ। ਇਹ 905 ਪੀਡੀਏਪੀ ਤੋਂ ਵੀ
ਜਾਣਕਾਰੀ ਦੇਵਾਂਗੇ। ਸੋ ਦੋਸਤੋ ਕੱਟੇ ਬਾਰੇ ਬਾਈ ਕਹਿੰਦਾ ਵੀ ਪ੍ਰੋਪਰ ਵੀਡੀਓ ਬਣਾਵਾਂਗੇ, ਪਰ ਜਦੋਂ ਇਹਦੀ ਮਾਂ ਦੀ ਲਾਈਵ ਮਿਲਕਿੰਗ ਹੋ ਗਈ, ਜਿੰਨਾ ਮਰਜ਼ੀ ਦੁੱਧ ਦੇਵੇ। ਵੈਸੇ ਪਹਿਲਾਂ ਨੇ 16.5 ਕਿਲੋ ਦਿੱਤਾ, 20 ਦਿਨ ਬਾਕੀ ਹੈ, ਮੱਝ ਦੇ ਦੁੱਧ ਲਾਉਣਾ ਸ਼ੁਰੂ ਕਰਤਾ, ਫਿਰ ਦਿਖਾਵਾਂਗੇ ਤੁਹਾਨੂੰ। ਅੱਜ ਫਿਲਹਾਲ ਤੁਸੀਂ ਫੋਕਸ ਕਰੋ, 2 ਪਸ਼ੂ ਵਿਕਾਊ ਹੈ, ਅਤੇ ਜਿਹੜਾ ਵੀਰ ਨੀਲੀ ਰਾਵੀ ਨਸਲ ਦੇ ਪਸ਼ੂ ਖਰੀਦਣਾ ਚਾਹੁੰਦਾ ਕੰਟੈਕਟ ਕਰ ਸਕਦੇ ਹੋ। ਦੱਸੋ ਰੇਟ ਦੋਨਾਂ ਦੇ ਵੀਡੀਓ 'ਚ ਕਰਤੇ ਹੈ, ਹੁਣ ਤੁਹਾਨੂੰ ਜਚਣੀ ਚਾਹੀਦੀ ਹੈ ਮੁੱਲ ਦੇ ਹਿਸਾਬ 'ਤੇ, ਜਿਹੜਾ ਵੀ ਪਸ਼ੂ ਜਚਦਾ ਉਹਦੇ ਲਈ ਕਾਲ ਬਾਈ ਨੂੰ ਕਰ ਸਕਦੇ ਹੋ, ਨੰਬਰ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ।